ਜੋਤੀ ਹੋਮੋਪੈਥਿਕ ਸਟੋਰ ਜੀਟੀ ਰੋਡ ਆਪੋਜੀਟ ਰੇਲਵੇ ਸਟੇਸ਼ਨ ਵਿਖੇ ਡਾਕਟਰ ਗੁਲਜਾਰ ਸਿੰਘ ਛਾਬੜਾ ਅਤੇ ਕੁਸਮ ਛਾਬੜਾ ਵੱਲੋਂ ਸਵਰਗੀ ਡਾਕਟਰ ਸੈਮਿਊਲ ਹਾਨਿਮਨ ਦਾ 268ਵਾਂ ਜਨਮ ਦਿਹਾੜਾ ਮਨਾਇਆ ਗਿਆ ਅਤੇ ਉਹਨਾਂ ਦੀ ਤਸਵੀਰ ਉੱਪਰ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਅਤੇ ਕੇਕ ਵੀ ਕੱਟਿਆ ਗਿਆ। ਇਸ ਮੌਕੇ ਸਾਥਕ ਕਾਉਂਸਲਰ ਡਾਕਟਰ ਰਾਮ ਚਾਵਲਾ, ਮੋਨੂ ਮਹਾਜਨ, ਨਵਦੀਪ ਹਾਂਡਾ, ਡਾਕਟਰ ਕਸ਼ਮੀਰ ਸਿੰਘ, ਡਾਕਟਰ ਹਰੀ ਓਮ ਗੋਇਲ, ਡਾਕਟਰ ਵਿਨੇ ਵਰਮਾ ਵੰਦਨਾ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਦਾ ਫਾਊਂਡਰ ਆਫ ਦਾ ਹੋਮਿਓਪੈਥਿਕ ਫਾਦਰ ਆਫ ਹੋਮਿਓਪੈਥਿਕ ਡਾਕਟਰ ਸੈਮੂਲ ਹੈਨਮਨਜੀ ਦਾ ਅੱਜ ਅਸੀਂ 266ਵਾਂ ਜਨਮ ਦਿਨ ਮਨਾਉਣ ਜਾ ਰਹੇ ਹਾਂ। ਜਿਦੇ ਵਿੱਚ ਹੈਨਮਨ ਸਾਹਿਬ ਦਾ ਇੱਕ ਸੰਦੇਸ਼ ਹੈ ਕਿ ਹੋਮਿਓਪੈਥੀ ਜਿਹੜੀ ਦਵਾਈ ਆ ਉਹ ਸਰੀਰ ਦੇ ਵਿੱਚ ਹਰ ਹਿੱਸੇ ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ। ਕਿ ਆਪ ਵੀ ਉਹ ਡਾਕਟਰ ਸੀਗੇ ਉਹਨਾਂ ਨੇ ਇੱਕ ਨਵੀਂ ਸਾਇੰਸ ਜਿਹੜੀ ਹੋਮੋਪੈਥੀ ਦੇ ਨਾਂ ਤੋਂ ਬਾਅਦ ਚ ਮਸ਼ਹੂਰ ਹੋਈ ਉਹਦਾ ਇਜ਼ਾਦ ਕੀਤਾ। ਅੱਜ ਦੇ ਦਿਨ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ